ਝੋਨੇ ਦੀ ਫਸਲ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 3 ਤਰੀਕ ਨੂੰ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਅਨਾਜ ਮੰਡੀਆਂ ਵਿੱਚ ਕਿਸਾਨਾਂ ਦੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਪਰ ਗੁਰਦਾਸਪੁਰ ਦੀ ਅਨਾਜ ਮੰਡੀ ਵਿੱਚ ਕੋਈ ਵੀ ਪੁਖਤਾ ਪ੍ਰਬੰਧ ਦਿਖਾਈ ਨਹੀਂ ਦੇ ਰਹੇ ਜਗ੍ਹਾ ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਸੜੀ ਗਲੀ ਪੁਰਾਣੀ ਕਣਕ ਦੇ ਕਰਕੇ ਪੂਰੀ ਮੰਡੀ ਵਿੱਚ ਬਦਬੂ ਫੈਲੀ ਹੋਈ ਹੈ ਜਿਸ ਕਰਕੇ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਹਾ ਕਿ ਮੰਡੀਆਂ ਵਿੱਚ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਫਸਲ ਲੈ ਕੇ ਮੰਡੀ ਵਿੱਚ ਪਹੁੰਚੇ ਕਿਸਾਨਾਂ ਨੇ ਕਿਹਾ ਅਜੇ ਤੱਕ ਉਹਨਾਂ ਦੇ ਕੋਲ ਕੋਈ ਵੀ ਖਰੀਦ ਏਜੰਸੀ ਦਾ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਉਹਨਾਂ ਦੀ ਖਰੀਦ ਹੋਈ ਹੈ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੇ ਮੰਡੀ ਪ੍ਰਬੰਧਾਂ ਨੂੰ ਲੈ ਕੇ ਜੋ ਦਾਅਵੇ ਕੀਤੇ ਸਨ ਉਹ ਖੋਖਲੇ ਸਾਬਤ ਹੋ ਰਹੇ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਾਈਵ ਭਾਰਤ ਪ੍ਰਬੰਧਾਂ ਵੀ ਕੋਈ ਵੀ ਨਹੀਂ ਇੱਥੇ ਜਿਹੜਾ ਵਾ ਕਿ ਸਾਫ਼ ਸਫਾਈ ਤਾਂ ਥੋੜ੍ਹੀ ਦਿੱਕਤ ਆਈ ਸਵੇਰੇ ਕਿ ਜਿਹੜੀ ਕਣਕ ਸੀ ਇੱਥੇ ਸੜੀ ਗਲੀ ਪਈ ਸੀ ਸਮੈਲ ਆ ਰਹੀ ਸੀ ਕਾਫੀ ਅਤੇ ਆਹ ਥੋੜ੍ਹੀ ਜਿਹੀ ਹੁਣ ਚੁੱਕੀ ਆ ਬਾਕੀ ਖਲਾਰਾ ਖਲੂਰਾ ਬਹੁਤ ਜ਼ਿਆਦਾ ਪਿਆ ਮੰਡੀ ਵਿੱਚ ਝੋਨੇ ਦੀ ਫਸਲ ਨਹੀਂ ਹੈ ਅਤੇ ਜੀ ਆਹ ਆਪਣੀ ਦੂਜੀ ਕਿ ਤੀਜੀ ਢੇਰੀ ਆਈ ਅੱਜ ਅਤੇ ਅਜੇ ਤੱਕ ਤਾਂ ਠੀਕ ਠਾਕ ਹੀ ਨੇ ਪ੍ਰਬੰਧ ਕੋਈ ਜ਼ਿਆਦਾ ਖਾਸ ਨਹੀਂ ਗੇ ਵੀ ਖਰੀਦ ਦਾ ਅਜੇ ਇੱਦਾਂ ਹੀ ਆ ਕੋਈ ਪਤਾ ਨਹੀਂ ਚੱਲ ਰਿਹਾ ਬਾਰਦਾਨਾ ਨਹੀਂ ਮਿਲ ਰਿਹਾ ਦਿੱਕਤ ਆ ਰਹੀ ਹੈ ਜੀ ਸਰਕਾਰ ਨੇ ਤਾਂ ਪਹਿਲਾਂ ਕਿਹਾ ਸੀ 11 ਤਰੀਕ ਨੂੰ ਹੋਊਗੀ ਮੁੜ ਕੇ ਕਿਸਾਨਾਂ ਨੇ ਪ੍ਰੈਸ਼ਰ ਬਣਾਇਆ ਸਰਕਾਰ 'ਤੇ ਹੁਣ 3 ਤਰੀਕ ਨੂੰ ਕਰਤੀ ਪਰ ਜਿਹੜੀ ਅਜੇ ਖਰੀਦ ਦੀ ਕੋਈ ਆਸ ਨਹੀਂ ਲਾਈ ਆ ਗੰਦ ਤਾਂ ਜੀ ਹੈਗਾ ਹੀ ਆ ਪਏ ਆ ਵੀ ਪ੍ਰਸ਼ਾਸਨ ਨੂੰ ਇੱਥੇ ਸਾਫ਼ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਕੋਈ ਬਿਮਾਰੀ ਫੈਲਦੀ ਹੋਈ ਮੀਂਹ ਵਾਸਤੇ ਜੀ ਹੁਣ ਆੜਤੀਆਂ ਨੂੰ ਹੋਈਆਂ ਵੀ ਇਹਨੂੰ ਢੱਕਣਾ ਚਾਹੀਦਾ ਵਾ ਉੱਦਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਇੱਥੇ ਵੀ ਜੇ ਆਪਾਂ ਕੁੱਲ ਮਿਲਾ ਕੇ ਗੱਲਈਏ ਵੀ ਹਾਲਾਤ ਮਾੜੇ ਹੀ ਨੇ ਮਾੜੇ ਹੀ ਹਾਂਜੀ ਭਾਜੀ ਔਰ ਸਰਕਾਰ ਵੱਲੋਂ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਗਏ ਆ ਕੋਈ ਮੰਡੀ ਦੇ ਵਿੱਚ ਕੋਈ ਪਾਣੀ ਦਾ ਦੂਜਾ ਤੀਜਾ ਸਾਰੇ ਕਿਸਾਨਾਂ ਦੇ ਆਉਣ ਵਾਸਤੇ ਸਾਰਾ ਪ੍ਰਬੰਧ ਕੀਤਾ ਹੋਇਆ ਦੇਖੋ ਜੀ ਇਹ ਕੰਮ ਹੈਗਾ ਵਾ ਜਿਹੜਾ ਵਾ ਤੁਸੀਂ ਕਹਿੰਦੇ ਹੋ ਕਿ ਬਦਬੂ ਆ ਰਹੀ ਆ ਪਾਣੀ ਦਾ ਇਹ ਹੈਗਾ ਵਾ ਪਬਲਿਕ ਹੈਲਥ ਦਾ ਕੰਮ ਪਬਲਿਕ ਹੈਲਥ ਨੇ ਇਹ ਕੰਮ ਕਰਨਾ ਵਾ ਉਹਨਾਂ ਸੀਵਰ ਦਾ ਵਾਟਰ ਸਪਲਾਈ ਦਾ ਕੰਮ ਜਿਹੜਾ ਉਹਨਾਂ ਦੇ ਕੋਲ ਆ ਨਾ ਕਿ ਮਾਰਕੀਟ ਕਮੇਟੀ ਕੋਲ ਆ ਅਤੇ ਮਹਿਕਮੇ ਦੀ ਉਹਨੂੰ ਸੂਚਿਤ ਕਰਤਾ ਨੋਟਿਸ ਕਰ ਦਿੱਤੇ ਆ ਦੋ ਤਿੰਨ ਵੀ ਜਿਹੜੀ ਕਣਕ ਵਾ ਪਰਲੇ ਪਾਸੇ ਜਿਹੜੀ ਪੰਜ ਸੱਤ ਡਿਪਾਰਟਮੈਂਟ ਦੀ ਆ ਵੀ ਉਹਨੂੰ ਛੇਤੀ ਤੋਂ ਛੇਤੀ ਖਾਲੀ ਕਰਵਾਇਆ ਜਾਵੇ ਇੱਕ ਦੋ ਦਿਨ 'ਚ ਕਰਾ ਦੇਣਗੇ ਜੀ ਜਿਹੜੇ ਮਤਲਬ ਪੈਡੀ ਆ ਉਹ ਵੀ ਇੰਨੀ ਮੰਡੀ ਜੀ ਘੱਟ ਆਈ ਇੱਕ ਦੋ ਦਿਨ ਸ਼ੁਰੂ ਹੋਣੀ ਆ ਜਾਣੀ ਕੋਈ ਗੱਲ ਨਹੀਂ ਜਿਹੜੀ ਗੱਲ ਪਾਣੀ ਦੀ ਬਰਸਾਤ ਦੀ ਕੱਲ੍ਹ ਪਈ ਆ ਅਤੇ ਜਿਹੜੀ ਆ ਫੜਦੀ ਆ ਉਹਦੀ ਥੋੜ੍ਹੀ ਰਿਪੇਅਰ ਹੋਣ ਵਾਲੀ ਆ ਉਹ ਕਿਹਾ ਤਾਂ ਵੀ ਰਿਪੇਅਰ ਜੀ ਕੀਤੀ ਜਾਊ ਜੇ ਪਾਣੀ ਨਾ ਖਲੋਏ ਕੋਈ ਬਦਬੂ ਨਹੀਂ ਹੈਗੀ ਅਤੇ ਜਿਹੜੀ ਇਹ ਕਣਕ ਬੜੀ ਲੱਗੇ ਦੇ ਚੱਕੇ ਬਹੁਤ ਲੱਗੇ ਦੇ ਕਣਕ ਸਾਰੀ ਚੁਕਾਈ ਗਈ ਆ ਸਾਰੀ ਮੰਡੀ ਖਾਲੀ ਕਰਵਾਈ ਗਈ ਆ ਕੁਝ 5-7% ਹੈਗੀ ਇੱਕ ਦੋ ਦਿਨ 'ਚ ਬਿਲਕੁਲ ਕਲੀਅਰ ਹੋਈ ਹੋਈ ਆ ਕੋਈ ਦਿੱਕਤ ਹੈ ਹੀ ਨਹੀਂ ਥੋੜ੍ਹੀ ਬਹੁਤ ਦਿੱਕਤ ਕੋਈ ਨਹੀਂ ਹੈਗੀ ਦਿੱਕਤ ਹੋਏ ਦੇ ਕਿ ਇਹਨਾਂ ਦਿੱਕਤ ਹੈ ਹੀ ਕੋਈ ਨਹੀਂ ਮਾਲ ਵਾ ਗਲਿਆ ਸੜਿਆ ਹੋਇਆ ਖਰਾਬ ਹੋਇਆ ਵਾ ਇਹਨੂੰ ਕਿਸ ਸਾਈਡ ਤੇ ਲਾਉਣਾ ਉਹ ਲਾ ਦਿੰਦੇ ਇੱਕ ਦੋ ਦਿਨ 'ਚ ਕੋਈ ਗੱਲ ਨਹੀਂ ਤੇ ਪ੍ਰਬੰਧ ਆ ਉਹਨਾਂ ਦਾ ਹਾਲ ਬਹੁਤ ਮਾੜਾ ਬਾਰਦਾਨੇ ਦੀ ਬੜੀ ਜ਼ਿਆਦਾ ਦਿੱਕਤ ਆ ਰਹੀ ਆ ਬਾਕੀ ਸਫਾਈ ਮੰਡੀ ਵਿੱਚ ਪਾਣੀ ਖਲੋਤੇ ਆ ਕੋਈ ਇੰਤਜ਼ਾਮ ਨਹੀਂ ਹੈ ਉਹਦੇ ਵਾਸਤੇ ਪ੍ਰਬੰਧ ਨਹੀਂ ਗਾ ਤਾਂ ਫਿਰ ਆੜਤੀ ਆਪਣੀਆਂ ਤਰਪਾਲਾ ਤਪੂਣਾ ਵਗੈਰਾ ਤੋਂ ਮਾੜਾ ਮੋਟਾ ਦੇ ਕੇ ਪਰ ਉਹ ਨਹੀਂ ਏਡੀ ਗੱਲ ਬਣਦੀ ਅਤੇ ਇਹਨੂੰ ਕਿਹਾ ਜਾਂਦਾ ਇੱਥੇ ਅਜੇ ਗੁਰਦਾਸਪੁਰ ਹੀ ਤੁਸੀਂ ਦੇਖ ਲਓ ਇੱਥੇ ਅਜੇ ਤੱਕ ਬਾਰਦਾਨਾ ਨਹੀਂ ਦੇ ਰਿਹਾ ਕੋਈ ਰੋਲਡੀਆਂ ਢੇਰੀਆਂ ਤੁਰੀਆਂ ਫਰੰਡੀਆਂ ਨੇ ਅੱਛਾ ਤੁਸੀਂ ਵੇਖ ਹੀ ਅਜੇ ਕਿਸੇ ਝਾਤੀ ਮਾਰ ਲਓ ਕਿਸੇ ਬੰਨਿਆਂ ਦੇ ਪਹਿਲਾਂ ਮਾਲ ਹੀ ਨਹੀਂ ਚੁੱਕਿਆ ਗਿਆ ਫੜ ਜਿਹੜੇ ਉਹ ਖਾਲੀ ਨਹੀਂ ਹੋਏ ਉਹ ਵੀ ਭਰੇ ਹੋਏ ਆ ਜੇ ਕਿਸਾਨਾਂ ਵਾਸਤੇ ਪਾਣੀ ਦੀ ਗੱਲ ਕੀਤੀ ਜਾਵੇ ਕੋਈ ਅਜੇ ਤੱਕ ਹਾਲ ਦੇ ਘੜੀ ਕੋਈ ਪਾਣੀ ਦਾ ਪ੍ਰਬੰਧ ਨਹੀਂ ਗੁਰਦਾਸਪੁਰ ਦੇ ਵਿੱਚ ਤੁਸੀਂ ਦੇਖਿਆ ਗੰਦਗੀ ਵੇਖੋ ਬਹੁਤ ਜ਼ਿਆਦਾ ਗੰਦਗੀ ਹੋਈ ਹੈ ਜਦੋਂ ਹਰ ਸਾਰੇ ਸਾਫ਼ ਕਰਨ ਵਾਲੇ ਪਏ ਆ ਪਿਛਲਾ ਸਰਕਾਰ ਦਾ ਮਾਲ ਚੁੱਕਣ ਵਾਲਾ ਪਿਆ ਵਾ ਜਗ੍ਹਾ ਹੀ ਨਹੀਂ ਖਾਲੀ ਹੋਈ ਹੈ ਕੀ ਮੰਗ ਤਾਂ ਇਹ ਹੈ ਪ੍ਰਸ਼ਾਸਨ ਨੂੰ ਇਹ ਚਾਹੀਦਾ ਨਾ ਇਹ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਪਹਿਲਾਂ ਬਾਰਦਾਨੇ ਦਾ ਪ੍ਰਬੰਧ ਹੋਣਾ ਚਾਹੀਦਾ ਵਾ ਇਹ ਜੇ ਹੁਣ 2-3 ਤਰੀਕ ਤੋਂ ਜਦੋਂ ਹੋ ਗਈ ਆ ਸ਼ੁਰੂ ਸਾਡੀ ਭਰਪਾਈ ਅਤੇ ਫਿਰ ਉਹਦਾ ਪ੍ਰਬੰਧ ਹੋਣਾ ਚਾਹੀਦਾ ਨਾ ਇਹ ਤਾਂ ਨਹੀਂ ਨਾ ਵੀ ਅਜੇ ਤੱਕ ਕੋਈ ਬਾਰਦਾਨਾ ਨਾ ਦੇਵੇ ਮੰਡੀ 'ਚ ਹਾਲਾਤ ਨੇ ਜੋ ਹਾਲਾਤ ਜਿਵੇਂ ਵੇਖਣੇ ਤੁਸੀਂ ਡੇ ਜਾਂ ਜ਼ਿਮੀਦਾਰ ਜਿਵੇਂ ਰੋਲ ਡਿਆ ਇਹ ਤੁਸੀਂ ਦੱਸੋ ਵੀ ਸਰਕਾਰ ਅੱਖਾਂ ਦੀ ਨਾਲ ਸਾਹਮਣੇ ਪ੍ਰਤੱਖ ਵੇਖਣੀ ਡੇ ਜੇ ਤੁਸੀਂ मेडिकोम आयुर्वेदिक सेंटर यहाँ पर आपको मिलेगा हर मुश्किल का हल जैसे कि मर्दाना कमजोरी औरतों और पुरुषों के गुप्त रोग बे औलाद फालतू चर्बी बढ़ा हुआ पेट घटाएं बवासीर और आपको मिलेगी हर प्रकार की आयुर्वेदिक दवाइयाँ मेडिकोम आयुर्वेदिक सेंटर दीप कॉम्प्लेक्स ऑपोजिट दुआबा शोरूम कोट रोड अमृतसर रोजाना मिल 6 बजे तक